ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਾਈਪ੍ਰਸ ਲਾਈਵ ਵਿੱਚ। ਦੋਸਤੋ ਤੁਸੀਂ ਦੇਖ ਰਹੇ ਹਾਂ ਸਾਡਾ YouTube ਚੈਨਲ ਸਾਈਪ੍ਰਸ ਲਾਈਵ। ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਅਜਿਹੀ ਕੰਟਰੀ ਦੀ ਗੱਲ ਕਰਾਂਗੇ ਜਿਸ ਕੰਟਰੀ ਦੇ ਵਿੱਚ ਤੁਸੀਂ ਇੱਕ ਵਾਰੀ ਜਾ ਕੇ ਬਾਅਦ ਕਿਸੇ ਹੋਰ ਕੰਟਰੀ ਦੇ ਜੇ ਤੁਸੀਂ ਵੀਜ਼ਾ ਅਪਲਾਈ ਕਰਦੇ ਹਾਂ ਤੁਸੀਂ ਆਸਾਨੀ ਨਾਲ ਉਸ ਕੰਟਰੀ ਦਾ ਤੁਹਾਨੂੰ ਵੀਜ਼ਾ ਮਿਲ ਜਾਂਦਾ। ਸੋ ਦੋਸਤੋ ਕਹਿ ਸਕਦੇ ਹਾਂ ਆਪਾਂ ਕਿ ਇਸ ਕੰਟਰੀ ਦੇ ਵਿੱਚ ਆਪਾਂ ਟਰੈਵਲ ਹਿਸਟਰੀ ਬਣਾਉਣ ਵਾਸਤੇ ਜਾ ਸਕਦੇ ਹਾਂ। ਬਹੁਤ ਸਾਰੇ ਲੋਕ ਆ ਜਿਹੜੇ ਇੰਡੀਅਨ ਪਾਕਿਸਤਾਨ ਤੋਂ ਕਾਫੀ ਲੋਕ ਆ ਜਿਹੜੇ ਇਸ ਕੰਟਰੀ ਵਿੱਚ ਟੂਰਿਸਟ ਵੀਜ਼ਾ ਲੈ ਕੇ ਜਾਂਦੇ ਨੇ ਅਤੇ ਬਾਅਦ ਵਿੱਚ ਹੋਰ ਕੰਟਰੀ ਦਾ ਜਿਹੜਾ ਵੀਜ਼ਾ ਆਸਾਨੀ ਨਾਲ ਮਿਲਣਾ ਸੌਖਾ ਹੋ ਜਾਂਦਾ ਕਿਉਂਕਿ ਤੁਹਾਡੀ ਜਿਹੜੀ ਆ ਟਰੈਵਲ ਹਿਸਟਰੀ ਬਣ ਜਾਂਦੀ ਆ ਅਤੇ ਹੋਰਾਂ ਕੰਟਰੀਆਂ ਦੇ ਕਿਉਂਕਿ ਵੀਜ਼ੇ ਮਿਲਣੇ ਬਹੁਤ ਮੁਸ਼ਕਲ ਹੁੰਦੇ ਆ। ਸੋ ਦੋਸਤੋ ਉਸ ਕੰਟਰੀ ਦਾ ਨਾਂ ਆ ਜੀ ਉਰਾਗਵਾਏ ਅਤੇ ਇਸ ਕੰਟਰੀ ਨੂੰ ਅਮੈਰੀਕਾ ਦੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਆ। ਸੋ ਦੋਸਤੋ ਇਸ ਕੰਟਰੀ ਦਾ ਜਿਹੜਾ ਟੂਰਿਸਟ ਵੀਜ਼ਾ ਵਾ ਬਹੁਤ ਹੀ ਆਸਾਨੀ ਨਾਲ ਲਿਆ ਜਾ ਸਕਦਾ ਵਾ ਕਿਉਂਕਿ ਇਹਦੀਆਂ ਟਰਮ ਕੰਡੀਸ਼ਨ ਬਹੁਤ ਜ਼ਿਆਦਾ ਸੌਖੀਆਂ ਆ ਅਤੇ ਇਹਦਾ ਜਿਹੜਾ ਔਨਲਾਈਨ ਵੀਜ਼ਾ ਆਪਾਂ ਘਰ ਬੈਠੇ ਅਪਲਾਈ ਕਰ ਸਕਦੇ ਹਾਂ ਅਤੇ ਵੀਜ਼ਾ ਲੈ ਸਕਦੇ ਹਾਂ। ਸੋ ਦੋਸਤੋ ਇਸ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੂੰਗਾ ਅੰਬੈਸੀ ਦਾ, ਤੁਸੀਂ ਉੱਥੇ ਵਧੇਰੇ ਜਾਣਕਾਰੀ ਲਈ ਤੁਸੀਂ ਉੱਥੇ ਵੀ ਜਾ ਕੇ ਅੰਬੈਸੀ ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹਾਂ। ਸੋ ਟੂਰਿਸਟ ਵੀਜ਼ਾ ਲੈਣ ਵਾਸਤੇ ਆਪਾਂ ਨੂੰ ਕੀ ਕਰਨਾ ਪੈਣਾ ਵਾ, ਟੂਰਿਸਟ ਵੀਜ਼ਾ ਲੈਣ ਵਾਸਤੇ ਇੱਕ ਆਪਣਾ ਪਾਸਪੋਰਟ ਚਾਹੀਦਾ ਜੀ, ਵੈਲਿਡ 6 ਮੰਥ ਹੋਣਾ ਚਾਹੀਦਾ, ਠੀਕ ਹੈ ਜੀ। 2 ਫੋਟੋ ਹੋਣੀਆਂ ਚਾਹੀਦੀਆਂ, 3 ਮਹੀਨੇ ਦੀ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈ, ਰਿਟਰਨ ਟਿਕਟ ਅਤੇ ਹੋਟਲ ਬੁਕਿੰਗ। ਸੋ ਦੋਸਤੋ ਇਹਦੀ ਜਿਹੜੀ ਹੈ ਟੂਰਿਸਟ ਵੀਜ਼ੇ ਦੀ ਜਿਹੜੀ ਫੀਸ ਆ ਉਹ ਹੈਗੀ ਆ ਸਿਰਫ $42। ਸੋ ਦੋਸਤੋ ਇਹ ਜੇਕਰ ਤੁਸੀਂ ਉਸ ਕੰਟਰੀ ਦੇ ਵਿੱਚ ਜਾਣ ਕੇ ਟੂਰਿਸਟ ਵੀਜ਼ਾ ਜਿਹੜਾ ਤੁਸੀਂ ਜ਼ਿਆਦਾ ਚਿਰ ਰੁਕਣਾ ਚਾਹੁੰਦੇ ਹੋ ਐਕਸਟੈਂਡ ਵੀ ਹੋ ਜਾਂਦਾ ਵਾ, ਜੇਕਰ ਤੁਸੀਂ ਉੱਥੇ ਵਰਕ ਕਰਨਾ ਚਾਹੁੰਦੇ ਹਾਂ ਵਰਕ ਪਰਮਿਟ ਵੀ ਜਿਹੜਾ ਵਾ ਅਪਲਾਈ ਹੋ ਜਾਂਦਾ, ਵਰਕ ਪਰਮਿਟ 'ਚ ਕਨਵਰਟ ਕਰ ਸਕਦੇ ਹਾਂ ਤੁਸੀਂ ਇਹ ਵੀਜ਼ੇ ਨੂੰ। ਸੋ ਦੋਸਤੋ ਇਹਦੇ ਜਿਹੜਾ ਵਰਕ ਪਰਮਿਟ ਲੈਣ ਵਾਸਤੇ ਤੁਸੀਂ ਕੀ ਕਰ ਸਕਦੇ ਹਾਂ ਉਹ ਵੀ ਤੁਸੀਂ ਔਨਲਾਈਨ ਪਹਿਲਾਂ ਜੋਬ ਲੱਭਣੀ ਆ, ਠੀਕ ਹੈ ਜੀ। ਔਨਲਾਈਨ ਜੋਬ ਲੱਭ ਕੇ ਜਿੱਦਾਂ ਔਰਗੈ ਜਿਹੜੀ ਕੰਟਰੀ ਆ ਉਹਦੀ ਜਿਹੜਾ ਰਜਿਸਟਰਡ ਕੰਪਨੀ ਆ ਉਹਦੇ ਤੁਹਾਡਾ ਜੋਬ ਲੈਟਰ ਹੋਣਾ ਚਾਹੀਦਾ, ਕੰਟਰੈਕਟ ਹੋਣਾ ਚਾਹੀਦਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਤੁਸੀਂ ਮਤਲਬ ਅਪਲਾਈ ਕਰ ਸਕਦੇ ਹਾਂ ਜਿਹੜਾ ਕੰਟਰੈਕਟ ਬਣਨ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਅਪਲਾਈ ਹੁੰਦਾ ਵਾ। ਇਹ ਜਿਹੜਾ ਵਰਕ ਪਰਮਿਟ ਆ ਇਹ 30 ਦਿਨ ਦਾ ਹੀ ਅਪਲਾਈ ਹੁੰਦਾ ਵਾ, ਠੀਕ ਹੈ ਜੀ। ਅਤੇ 30 ਦਿਨ ਦਾ ਵੀਜ਼ਾ ਤੁਹਾਨੂੰ ਮਿਲਦਾ ਆ, ਉਸ ਤੋਂ ਬਾਅਦ ਜਾ ਕੇ ਤੁਸੀਂ ਉੱਥੇ ਜਾ ਕੇ ਜਿਹੜਾ ਤੁਹਾਡਾ ਇਹ ਵੀਜ਼ਾ ਵੱਧਦਾ ਹੈ। ਟੂਰਿਸਟ ਵੀਜ਼ਾ ਵੀ ਹੈ ਜਿਹੜਾ ਉਹ ਵੀ ਮਲਟੀਪਰ ਵੀਜ਼ਾ ਅਤੇ ਸਿੰਗਲ ਵੀਜ਼ਾ ਜਿਹੜਾ ਐਂਟਰੀ ਵੀਜ਼ਾ ਮਿਲਦਾ ਹੈ ਅਤੇ ਜਿਹੜਾ ਇਹ 90 ਦਿਨ ਦਾ ਵੀਜ਼ਾ ਮਿਲਦਾ ਵਾ। ਸੋ ਦੋਸਤੋ ਇਹ ਜਿਹੜੀ ਵੀਜ਼ਾ ਵਾ ਇਹਦਾ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ, ਵੀਜ਼ਾ ਸਿਰਫ 2 ਦਿਨ ਦੇ ਪ੍ਰੋਸੈਸ ਤੋਂ ਬਾਅਦ ਜਿਹੜਾ ਵਾ 10 ਜਾਂ 12 ਦਿਨ ਦੇ ਵਿੱਚ ਤੁਹਾਨੂੰ ਇਹ ਜਿਹੜਾ ਵਾ ਟੂਰਿਸਟ ਵੀਜ਼ਾ ਮਿਲ ਜਾਂਦਾ ਇਸ ਕੰਟਰੀ ਦਾ। ਸੋ ਦੋਸਤੋ ਇਹ ਕੰਟਰੀ PR ਵੀ ਦਿੰਦੀ ਹੈ, PR ਲੈਣ ਵਾਸਤੇ ਆਪਾਂ ਨੂੰ 5 ਸਾਲ ਇਸ ਕੰਟਰੀ ਦੇ ਵਿੱਚ ਸਟੇਅ ਕਰਨੀ ਪੈਂਦੀ ਆ ਜਾਂ ਫਿਰ ਆਪਾਂ ਨੂੰ ਉੱਥੇ ਜਾ ਕੇ ਕੋਈ ਮੈਰਿਜ ਕਰਵਾਉਣੀ ਪੈਂਦੀ ਆ, ਮੈਰਿਜ ਕਰਵਾਉਣ ਤੋਂ ਬਾਅਦ ਆਪਾਂ ਨੂੰ PR ਮਿਲ ਜਾਂਦੀ ਆ ਆਸਾਨੀ ਦੇ ਨਾਲ। ਸੋ 5 ਸਾਲਾਂ ਵਿੱਚ ਆਪਾਂ ਇੱਥੋਂ ਦਾ ਪਾਸਪੋਰਟ ਅਪਲਾਈ ਕਰ ਸਕਦੇ ਹਾਂ। ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਜਾਣਕਾਰੀ ਵਾਲੀਆਂ ਵੀਡੀਓ ਹੁੰਦੀਆਂ ਇਸ ਚੈਨਲ ਦੇ ਵਿੱਚ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ, ਰੱਬ ਰੱਖਾ।